ਬਰੀਕੀ ਦੇ ਨਾਲ ਦੁਨੀਆ ਦੇ ਵਿੱਚ ਨਸ਼ਰ ਕੀਤੀਆਂ। ਇਸੇ ਕਰਕੇ ਮੈਂ ਸਮਝਦਾ ਵੀ ਇਹੋ ਜਿਹੇ ਪੱਤਰਕਾਰਾਂ ਦੀ ਬਦੌਲਤੀ ਪਰ ਯਾਰ ਐਂ ਲੱਗਦਾ ਸੀ ਵੀ ਜਿੰਨੇ ਵੀ ਆਪਣੇ ਏਰੀਏ ਦੇ ਮਾਲਵੇ ਦੇ ਪੱਤਰਕਾਰ ਹੋਣ, ਕਿਉਂਕਿ ਉਹਨਾਂ ਨੇ ਜਿੱਦੇ ਬਾਈ ਦੀ ਡੈਥ ਹੋਈ ਫੋਟੋਆਂ ਪਾਈਆਂ, ਸਾਡਾ ਭਰਾ ਚਲਿਆ ਗਿਆ ਜੀ, ਸਾਨੂੰ ਦੁੱਖ ਫਲਾਣਾ, ਤੋਂ ਦੋ ਚਾਰ ਲੈਣਾ ਲਿਖ ਕੇ, ਐਂ ਲੱਗਦਾ ਸੀ ਵੀ ਉੱਥੇ ਵੀ ਸਾਰੇ ਬੰਦੇ ਪਹੁੰਚਣਗੇ। ਯਾਰ ਇੰਨਾ ਸਾਰੇ ਨਹੀਂ, ਇਕੱਲੇ ਇਸ ਮੈਂ ਇਕੱਲੇ ਪੱਤਰਕਾਰਾਂ ਨੂੰ ਨਹੀਂ ਕਹਿੰਦਾ, ਸਾਰੇ ਤੇ ਹੀ ਹਾਲ ਹੋ ਗਿਆ। ਅਸੀਂ ਮੌਤ ਨੂੰ ਮੌਤ ਸਮਝਣੇ ਹਟ ਗਏ, ਚਾਹੇ ਕਹਿਰ ਦੀ ਮੌਤ ਹੋਈ, ਭੋਗ ਤੋਂ ਪਹਿਲਾਂ ਉਸ ਸੱਥਰ 'ਤੇ ਹਸਤੀ ਖੇਡੀਆਂ ਨੇ ਗੱਲਾਂ ਸ਼ੁਰੂ ਹੋ ਜਾਂਦੀਆਂ, ਅਤੇ ਭੋਗ ਤੋਂ ਬਾਅਦ ਵੀਰੇ ਤੁਹਾਨੂੰ ਪਤਾ ਕੌਣ ਕਿਸਮ ਯਾਦ। ਸਿਰ ਸਰਭਾਵ ਨਹੀਂ ਇੱਦਾਂ ਦਾ ਨਾਂ ਸੀ ਉਹ ਮੁੰਡਾ, ਦੋਨਾਂ ਦੀ ਇਹਨਾਂ ਦੀ ਜੋੜੀ ਹੁੰਦੀ, ਬਹੁਤ ਕੰਮ ਇਹਨਾਂ ਨੇ ਖਿੱਚਿਆ। ਅਤੇ ਬਸ ਬਾਕੀ ਹੁਣ ਬਈ ਬਿਮਾਰੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਚੱਲਦੇ ਚੱਲਦੇ। ਹੁਣ ਤਾਂ ਵੀਰੇ ਯਾਰ ਦੁਨੀਆਂ ਦਾ ਸਿਸਟਮ ਹੀ ਬਦਲ ਗਿਆ, ਹੁਣ ਤਾਂ ਭੋਗ ਤੋਂ ਪਹਿਲਾਂ ਹੀ 10 ਕੁ ਦਿਨਾਂ ਦੇ ਸਾਨੂੰ ਤੋਂ ਪਹਿਲੀ ਬੰਦੇ ਨੂੰ ਭੁੱਲ ਜਾਂਦੇ ਆ ਯਾਰ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿਸਾਨ ਸੰਘਰਸ਼ ਦੇ ਵਿੱਚ ਜਿਹੜਾ ਇਹਨਾਂ ਨੇ ਉੱਥੇ ਮਿਹਨਤ ਕੀਤੀ ਹੈ ਉਹ ਬੜਾ ਰੰਗ ਗਿਆ ਜੀ, ਔਰ ਉਹਦੇ ਨਾਲ ਵਾਲੇ ਜਿਹਨਾਂ ਨੂੰ ਪਰੇਸ਼ਾਨੀ ਵੀ ਚੱਲ ਜਾਂਦੀ, ਮੇਰੇ ਨਾਲ ਜਿਹੜੇ ਹੁਣ ਤੇ ਆਮ ਤੌਰ ਤੇ ਰਾਬਤਾ ਰੱਖਦੇ ਸੀ ਉਹਦੇ ਸੱਚ ਵੀ ਬੈਠੇ ਲੋਕ ਜੀ, ਸੁਣ ਕੇ ਨਾਂ ਇਹਨਾਂ ਦੇ ਪਰਚੇ ਵਗੈਰਾ ਵੀ ਹੋਏ ਜਿਹੜੇ ਕਿ ਅਸੀਂ ਸਾਰਿਆਂ ਨੇ ਰਲਾ ਕੇ ਗੱਡੀ ਫੋਲਕਾ ਜੀ ਨਾਲ ਕਰਕੇ ਅੱਗੇ ਉਹਨੂੰ ਬੰਦੇ ਨੂੰ ਕੀ ਹੋ ਜਾਵੇ ਤੇ, ਹੈ ਨਾ। ਅਤੇ ਅੱਜ ਕੱਲ੍ਹ ਯਾਰ ਬਈ ਸੱਚੀ ਮਿੰਟ ਦੀ ਮਨਿਆਦ ਨਹੀਂ ਹੈਗੀ ਬੰਦੇ ਦੀ, ਉਹਦੀ ਪਤਾ ਲੱਗਦਾ ਬਿਮਾਰੀਆਂ ਨਵੀਆਂ ਤੋਂ ਨਵੀਆਂ ਪੈਦਾ ਹੋ ਰਹੀਆਂ ਨੇ। ਬਹੁਤ ਬਹੁਤ ਧੰਨਵਾਦ ਬਾਈ ਜੀ, ਮਾਨ ਸਾਹਿਬ ਸਾਡੇ ਨਾਲ ਗੱਲ ਕਰਨ ਲਈ ਧੰਨਵਾਦ ਵੀਰ ਜੀ, ਧੰਨਵਾਦ। ਤੋ ਇਹ ਸਨ ਸਾਡੇ ਨਾਲ ਮਾਨ ਬਠਿੰਡੇ ਵਾਲਾ, ਜੋ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਆਮ ਦੇਖਦੇ। ਅੱਜ ਬਾਈ ਕੁਲਦੀਪ ਦੀ ਅੰਤਿਮ ਅਰਦਾਸ ਸੀ, ਉੱਥੇ ਪਹੁੰਚੇ ਸੀ, ਉਹਨਾਂ ਨੇ ਬਾਈ ਕੁਲਦੀਪ ਦੀਆਂ ਜੋ ਗੱਲਾਂ ਸਾਂਝੀਆਂ ਕੀਤੀਆਂ, ਪੱਤਰਕਾਰੀ ਦੀ ਦੁਨੀਆ ਦਾ ਵਾਕਿਆ ਇੱਕ ਥੰਮ ਜੋ ਚਲਾ ਗਿਆ। ਕੈਮਰਾਮੈਨ ਮਨਦੀਪ ਕੌਰ ਦੇ ਨਾਲ ਕੀਤਾ ਬਰਾੜ ਬਾਰੇ ਵਾਲਾ, ਨਿਊਜ਼ ਪੰਜਾਬ ਦੀ ਮੀਡੀਆ ਘੋਲੀਆ ਖੁਰਦ। ਹਾਂਜੀ ਬਾਈ ਜੀ, ਜੋ ਅੱਜ ਸੀਨੀਅਰ ਪੱਤਰਕਾਰ ਇੱਕ ਆਪਾਂ ਪੂਰੇ ਵਰਲਡ ਦਾ ਕਹਿ ਸਕਦੇ ਹਾਂ ਕਿ ਇੱਕ ਵੱਡਾ ਨਾਮ ਕੁਲਦੀਪ ਸਿੰਘ ਘੋਲੀਏ ਖੁਰਦ ਤੋਂ, ਜਿਨ੍ਹਾਂ ਨੇ ਕਿ ਪੱਤਰਕਾਰੀ ਦੇ ਵਿੱਚ ਘੋਲੀਏ ਖੁਰਦ ਦਾ ਨਹੀਂ ਪੂਰੇ ਵਰਲਡ ਦਾ ਨਾਮ ਰੋਸ਼ਨ ਕੀਤਾ, ਅਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ, ਕੀ ਕਹਿਣਾ ਚਾਹੋਗੇ ਉਹਨਾਂ ਦੇ? ਅੱਜ ਬੜਾ ਹੀ ਮਨਹੂਸ ਦਿਨ ਹੈ ਜਿਹੜਾ ਕਿ ਸਾਥੋਂ ਇੱਕ ਬਹੁਤ ਹੀ ਅਣਮੁੱਲਾ ਹੀਰਾ ਖੁੱਸ ਗਿਆ। ਇਸ ਨੌਜਵਾਨ ਦੇ ਵਿੱਚ ਕੰਮ ਕਰਨ ਦੀ ਇੰਨੀ ਸ਼ਕਤੀ ਸੀ ਕਿ ਹਰੇਕ ਵਰਗ ਦਾ ਜਿੱਥੇ ਵੀ ਕਿਤੇ ਦੁੱਖ ਤਕਲੀਫ ਹੈ ਕੰਮ ਛੱਡ ਕੇ ਉੱਥੇ ਉਹਦੀਆਂ ਮੁਸ਼ਕਲਾਂ ਜਿਹੜੀਆਂ ਇਹਨਾਂ ਨੇ ਪਸਾਰ ਕਰਨ ਦੇ ਵਾਸਤੇ ਔਰ ਹਮੇਸ਼ਾ ਤਤਪਰ ਰਿਹਾ। ਕਿਸਾਨ ਸੰਘਰਸ਼ ਦੇ ਵਿੱਚ ਜਿਹੜਾ ਇਹਨਾਂ ਦਾ ਯੋਗਦਾਨ ਹੈ ਉਹ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੂਗਾ। ਇਹਨਾਂ ਨੇ ਉੱਥੇ ਤਕਲੀਫ ਵੀ ਚੱਲੀ ਆਪਣੇ ਤੌਰ 'ਤੇ ਜਿਹੜੀ ਕਿ ਸਾਨੂੰ ਪਤਾ, ਪਰੰਤੂ ਇਹਨਾਂ ਨੇ ਆਪਦਾ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਔਰ ਜਾਬਰ ਹਕੂਮਤ ਦੀਆਂ ਜਿਹੜੀਆਂ ਉੱਥੇ ਨਿੰਦਣਯੋਗ ਕਾਰਵਾਈਆਂ ਸੀ ਇਹਨਾਂ ਨੇ ਬੜਾ ਬਰੀਕੀ ਦੇ ਨਾਲ ਦੁਨੀਆ ਦੇ ਵਿੱਚ ਨਸ਼ਰ ਕੀਤੀਆਂ। ਇਸੇ ਕਰਕੇ ਮੈਂ ਸਮਝਦਾ ਵੀ ਇਹੋ ਜਿਹੇ ਪੱਤਰਕਾਰਾਂ ਦੀ ਬਦੌਲਤੀ ਜਿਹੜਾ ਲੜਾਈ ਲੜਨ ਵਾਲਿਆਂ ਦਾ ਅਤੇ ਜਾਬਰਾਂ ਦਾ ਜਿਹੜਾ ਦੋਨਾਂ ਦਾ ਪੱਖ ਜਿਹੜਾ ਦੱਸਿਆ ਗਿਆ, ਇਸੇ ਕਰਕੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੇਤੇ ਕੀਤਾ ਜਾਊਗਾ। ਜਿਹੜਾ ਮੋਦੀ ਨੇ ਬਿੱਲ ਵਾਪਸ ਲਏ ਆ ਨਾ, ਇਹ ਇਕੱਲੀ ਇੱਕ ਜਾਣੇ ਦੀ, ਜੇ ਅਸੀਂ ਆਖੀਏ ਵੀ ਕਿਸਾਨ ਹੀ ਉੱਥੇ ਬੈਠੇ ਸੀ, ਨਹੀਂ, ਇਹ ਇੱਕ ਆਵਾਮ ਦੀ ਲੜਾਈ ਸੀ। ਸਭ ਤੋਂ ਜ਼ਿਆਦਾ ਮਿਹਨਤ ਪੱਤਰਕਾਰਾਂ ਸੀ ਜਿਨ੍ਹਾਂ ਦੇ ਵਿੱਚੋਂ ਕੁਲਦੀਪ ਸਿੰਘ ਇੱਕ ਸੀ, ਔਰ ਕੁਲਦੀਪ ਸਿੰਘ ਨੂੰ ਹਮੇਸ਼ਾ ਇਸ ਕਰਕੇ ਚੇਤਾ ਕੀਤਾ ਜਾਊਗਾ ਕਿ ਉਸ ਲੜਾਈ ਦੇ ਵਿੱਚ ਮੋਹਰੀ ਰਿਹਾ ਔਰ ਜਿਹਦੇ ਅਸੀਂ ਜਿੱਤ ਹੈ, ਅਸੀਂ ਜਿੱਤ ਇਸ ਮੀਡੀਏ ਭਾਈਚਾਰੇ ਦੀ, ਬੇਟੇ ਕੁਲਦੀਪ ਹੋਣਾ ਦੀ, ਸਾਰਿਆਂ ਤੋਂ ਇਹਨਾਂ ਦੇ ਮੂਹਰੇ ਗਿਣਦੇ ਹਾਂ। ਸਾਨੂੰ ਅੱਜ ਇੱਥੇ ਇਹਨਾਂ ਪਰਿਵਾਰ ਨੂੰ ਜਿੱਥੇ ਘਾਟਾ ਪਿਆ ਇੱਥੇ ਹੋਰ ਪਿਆ, ਅਸੀਂ ਆਪਣੇ ਜਥੇਬੰਦੀਆਂ ਨੂੰ, ਉਹ ਹੋਰ ਵਰਗਾਂ ਨੂੰ, ਮਜ਼ਦੂਰਾਂ ਨੂੰ, ਵਪਾਰੀਆਂ ਨੂੰ, ਕਿਉਂਕਿ ਹਰ ਇੱਕ ਦੇ ਪੱਖ ਨੂੰ ਨਾਲ ਲੈ ਕੇ ਚੱਲਦਾ ਸੀ। ਥੋੜ੍ਹੇ ਸਮੇਂ 'ਚ ਬਹੁਤਾ ਨਾਮ ਬਣਾਉਣ ਵਾਲਾ ਨੌਜਵਾਨ ਸਾਥੋਂ ਅੱਜ ਖੁੱਸ ਗਿਆ। ਸਾਡੇ ਕੋਲ ਆਖਰੀ ਲਫ਼ਜ਼ ਇਹ ਹੈ ਬਈ ਸਾਡੇ ਹੁਣ ਅੱਜ ਵੱਸ ਦੀ ਕੋਈ ਗੱਲ ਨਹੀਂ, ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ ਹੋਰ ਸਾਰਿਆਂ ਨੂੰ ਭਾਣਾ ਮਿਲਣ ਦਾ ਬਲ ਬਖਸ਼ੀ। ਸਭ ਤੋਂ ਪਹਿਲਾਂ ਬਾਈ ਜੀ ਸਵਾਗਤ ਹੈ ਨਿਊਜ਼ ਪੰਜਾਬ ਦੀ ਚੈਨਲ 'ਤੇ। ਧੰਨਵਾਦ ਵੀਰ, ਥੈਂਕ। ਸਾਡੇ ਨਾਲ ਅੱਜ ਬਾਈ ਮਾਨ ਬਠਿੰਡੇ ਵਾਲਾ,
जो कि साढ़े सीनियर पत्रकार कुलदीप घोड़िया सानू सदीवी विछोड़ा दे गए थे उन्होंने अंतम अरदास पहुँचे है। उन्होंने पुछते हैं भी जो पत्रकारी के कुलदीप घोड़िया ने योगदान पाया वो उसको किस तरह देख रहे हैं। हाँ जी भाई, बई बहुत बड़ा योगदान से उन्होंने जो देखिए किसानी अंदोलन वेले मतलब तकरीबन जिन्ना चिर अंदोलन चलिया भाई उत्थे रहा तो परचे भी हुए उन्होंने काफ़ी प्रॉब्लम फेस करनी मेरे ना गल भी होंगी रही। वैसे मेरी तो दोस्ती अंदोलन तो पहला थी मेरे को बठिंडे जाता मिलता बहुत वधिया बंदा है मेरे नाल ही पिंड है इत्थे उत्थे मेरी रिश्तेदारी है तां करके कोई समान फड़ाउणा करना क्योंकि पत्रकारी इहो जिहा किता जिहड़ा बंदा गड्डी तड़के निकल के उन्हें सारे किते जाना आना है ना गेड़े गुड़े लगते रहिंदे तां करके पत्रकारी बहुत वधिया सच्ची सुची जी बंदा पत्रकारी करता सी। बाकी अंदोलन दे विच उन्होंने पूरा जच के जोर लाया बहुत वधिया इंसान सी बड़े दुख की गल है छोटे छोटे बच्चे है बई तो 36-37 सालों की कुछ भी उम्र नहीं होंगी तो बंदा आपके एडे एडे कारोबार खड़े करके आढ़ तीन दुकाना खड़िया करके है ना तो एकदम छड जाता बहुत औखा होंगे पिछले फैमिली में बहुत औखा होंगे तो फिर पता लगता जिमें आप मेरे डैडी की भी उम्र तो इन्नी की 36 साल उम्र से जो उन्होंने डैथ हो गई बच्चों बहुत प्रॉब्लम फेस करनिया पैदा मेरी गरीबी एक तो होर भी बड़े दुखों तो वापरते हैं बंद ने जिंदगी देर पता लगता। दूजी गल एक भी यार शिकवा है ਜਦੋਂ ਅਸੀਂ ਕਿਸੇ ਨਾਲ ਲੜਨਾ ਹੁੰਦਾ ਹੈ ਨਾ ਜਦੋਂ ਕਿਸੇ ਨਾਲ ਅਸੀਂ ਸਿੰਘ ਫਸਾਉਣੇ ਹੁੰਦੇ ਹਾਂ ਉਦੋਂ ਸਾਰਾ ਪੱਤਰਕਾਰ ਭਾਈਚਾਰਾ ਇਕੱਠਾ ਹੋ ਜਾਂਦਾ ਇਲੈਕਟ੍ਰੋਨਿਕ ਮੀਡੀਆ ਵਾਲੇ ਅੱਡੋ ਅੱਡੀ ਜਥੇਬੰਦੀਆਂ ਬਣਾਈ ਬੈਠੇ ਆ ਪਰ ਅੱਜ ਦੁੱਖ ਹੈ ਸਿਰਫ ਇੱਕ ਤੋਂ ਬਾਈ ਇੱਕ ਦੋ ਬਾਈ ਹੋਰ ਨਹੀਂ ਹੋਰ ਇਸ ਲੈਣ ਦੇ ਵਿੱਚ ਕੋਈ ਵੀ ਨਹੀਂ ਪਹੁੰਚਿਆ ਯਾਰ। ਬਾਈ ਜੀ ਤੁਹਾਡੀ ਗੱਲ ਦੇ ਵਿੱਚ ਮੈਂ ਗੱਲ ਸਵਾਲ ਤੁਹਾਨੂੰ ਕਰਨਾ ਸੀ ਤੁਸੀਂ ਕਰਤਾ ਹਾਲਾਂਕਿ ਤੁਸੀਂ ਸਵਾਲ ਮੈਨੂੰ ਕਰਤਾ ਇਹ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਜਿਵੇਂ ਏਡਾ ਵੱਡਾ ਨਾਮ ਆਪਾਂ ਬਲਡ ਤੇ ਕਹਿ ਸਕਦੇ ਹਾਂ ਵਿਵੇਕੀ ਦੇ ਨਾਲ ਗੱਲ ਕਰਨੀ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਸੱਚ ਨੂੰ ਸੱਚ ਪਰ ਜਿਵੇਂ ਅੱਜ ਸਾਡੇ ਜਿਵੇਂ ਪੱਤਰਕਾਰ ਭਾਈਚਾਰੇ ਕਈਆਂ ਨੂੰ ਇਹ ਗੱਲ ਦੁੱਖ ਵੀ ਲੱਗਣੀ ਹੈ ਵੀ ਤੁਸੀਂ ਸਮਝਦੇ ਵੀ ਗਿਣਤੀ ਘੱਟ ਲੱਗੇ ਲੱਗੇ ਆਪਾਂ ਨੂੰ ਕਿਸੇ ਨਾ ਕੋਈ ਹਾਲਾਂਕਿ ਮੇਰੀ ਲੈਨ ਨਹੀਂ ਮੈਂ ਤਾਂ ਇੱਕ ਬਲੌਗਰ ਦਾ ਨਾਮ ਹੈ ਪੱਤਰਕਾਰੀ ਜਾਣ ਦਾ ਨਾਮ ਹੈ ਪੱਤਰਕਾਰੀ ਕਰੀ ਆ ਹਾਂ ਇੱਕ ਮੇਰੀ ਦੋਸਤੀ ਸੀ ਬੰਦਾ ਵਧੀਆ ਇਨਸਾਨ ਹੋਣ ਦੇ ਨਾਤੇ ਜੇ ਕੋਈ ਵੀ ਹੋਵੇ ਆਪਾਂ ਜਿੰਨਾ ਕੁ ਹੋ ਸਕਦਾ ਆਪਾਂ ਜਾਣਦੇ ਹਾਂ ਚਾਹੇ ਦੁੱਖ ਹੈ ਚਾਹੇ ਸੁੱਖ ਹੈ ਪਰ ਯਾਰ ਐਂ ਲੱਗਦਾ ਸੀ ਵੀ ਜਿੰਨੇ ਵੀ ਆਪਣੇ ਏਰੀਏ ਦੇ ਮਾਲਵੇ ਦੇ ਪੱਤਰਕਾਰ ਹੋਣ ਕਿਉਂਕਿ ਉਹਨਾਂ ਨੇ ਜਿੱਦੇ ਬਾਈ ਦੀ ਡੈਥ ਹੋਈ ਫੋਟੋਆਂ ਪਾਈਆਂ ਸੀ ਸਾਡਾ ਭਰਾ ਚਲਿਆ ਗਿਆ ਜੀ ਸਾਨੂੰ ਦੁੱਖ ਆ ਫਲਾਉਣਾ ਤੋਂ ਦੋ ਚਾਰ ਲੈਣਾ ਲਿਖ ਕੇ ਐਂ ਲੱਗਦਾ ਸੀ ਵੀ ਉੱਥੇ ਵੀ ਸਾਰੇ ਬੰਦੇ ਪਹੁੰਚਣਗੇ ਯਾਰ ਇੰਨਾ ਸਾਰੇ ਨਹੀਂ ਇਕੱਲੇ ਇਸ ਮੈਂ ਇਕੱਲੇ ਪੱਤਰਕਾਰਾਂ ਨੂੰ ਨਹੀਂ ਕਹਿੰਦਾ ਸਾਰੇ ਕਿਤੇ ਇਹੀ ਹਾਲ ਹੋ ਗਿਆ ਅਸੀਂ ਮੌਤ ਨੂੰ ਮੌਤ ਸਮਝਣੇ ਹਟ ਗਏ ਚਾਹੇ ਕਹਿਰ ਦੀ ਮੌਤ ਹੋਈ ਭੋਗ ਤੋਂ ਪਹਿਲਾਂ ਉਸ ਸੱਥਰ 'ਤੇ ਹਾਸੀ ਖੇਡੀਆਂ ਨੇ ਗੱਲਾਂ ਸ਼ੁਰੂ ਹੋ ਜਾਂਦੀਆਂ ਅਤੇ ਭੋਗ ਤੋਂ ਬਾਅਦ ਵੀਰੇ ਤੁਹਾਨੂੰ ਪਤਾ ਕੌਣ ਕਿਸੇ ਨੂੰ ਯਾਦ ਕਰਦਾ ਜਾਂ ਉਹਦੇ ਘਰ ਦੇ ਕਰਦਾ ਜਾਂ ਬੱਚੇ ਕਰਦੇ ਆ ਅੱਗੇ ਹੁੰਦਾ ਸੀ ਮੈਂ ਜਿਵੇਂ ਪਹਿਲਾਂ ਗੱਲ ਦੱਸ ਗਿਆ ਤੁਸੀਂ ਆਖੋਗੇ ਆਪਦੀ ਕਰੀ ਜਾਂਦਾ ਮੇਰੇ ਡੈਡੀ ਦੀ ਡੈਥ ਹੋਈ ਸੀ 1998 'ਚ ਇੱਕ ਸਾਲ ਸਾਡੇ ਘਰ ਕਾਣਾ ਮਕਾਣਾ ਆਉਂਦੀਆਂ ਰਹੀਆਂ ਅਸੀਂ ਸਕੂਲੋਂ ਆਉਣਾ ਆਉਂਦੇ ਨੂੰ ਰੋਣ ਪਿੱਟਣ ਪਿਆ ਉਹਨਾਂ ਕਿਤੇ ਕੋਈ ਰਿਸ਼ਤੇਦਾਰੀ ਵਾਲਾ ਆ ਗਿਆ ਕਿਤੇ ਅੱਗੇ ਦੀ ਅੱਗੇ ਸਾਰੇ ਰਿਸ਼ਤੇਦਾਰ ਵਰਤਦੇ ਸੀ ਇੱਕ ਸਾਲ ਇੱਕ ਪੱਲੀ ਲੱਗ ਕੇ ਰੱਖੀ ਹੋਈ ਸੀ ਜਦੋਂ ਆ ਗਈਆਂ ਤੁਹਾਨੂੰ ਪਤਾ ਜਿਵੇਂ ਬੁੜੀਆਂ ਕਰਦੇ ਆਉਂਦੇ ਹੋ ਅੱਗੇ ਹੁਣ ਤਾਂ ਫਰਕ ਪੈ ਗਿਆ ਪੱਲੀ ਸੱਟ ਲੈਣੀ ਦੂਰੋਂ ਹੀ ਗੋਲ ਲੱਗ ਕੇ ਉਹ ਡਾਟ ਹੀ ਪਈ ਜਾਂਦਾ ਹੈ ਨਾ ਜਿਵੇਂ ਰੋਣ ਉਹੀ ਕਲਗਾਰੀ ਬੱਚਿਆਂ ਨੂੰ ਵੀ ਸਾਨੂੰ ਵੀ ਐਂ ਲੱਗਦਾ ਵੀ ਇਹ ਕਦੋਂ ਹਟੂਗਾ ਇਹ ਹੈ ਨਾ ਚੱਲ ਦੁੱਖ ਤਾਂ ਆਪ ਨੂੰ ਵੀ ਪਰ ਬੱਚਿਆਂ ਨੂੰ ਉਹ ਨਹੀਂ ਸਮਝਦੇ ਹੁਣ ਤਾਂ ਵੀਰੇ ਯਾਰ ਦੁਨੀਆਂ ਦਾ ਸਿਸਟਮ ਹੀ ਬਦਲ ਗਿਆ ਹੁਣ ਤਾਂ ਭੋਗ ਤੋਂ ਪਹਿਲਾਂ ਹੀ 10 ਕੁ ਦਿਨਾਂ ਦੇ ਸਾਨੂੰ ਤੋਂ ਪਹਿਲਾਂ ਹੀ ਬੰਦੇ ਨੂੰ ਭੁੱਲ ਜਾਂਦੇ ਆ ਯਾਰ ਜੇ ਗੱਲ ਤੁਸੀਂ ਕਦੇ ਧਿਆਨ ਲਾ ਕੇ ਸੁਣਿਓ ਸੰਸਕਾਰ ਹੋਣ ਦੇ ਵੇਲੇ ਹੀ ਉੱਥੇ ਗੱਲਾਂ ਹੋਰ ਚੱਲੀਆਂ ਨੇ ਤੇਰੇ ਝੋਨਾ ਕਿਵੇਂ ਹੋਇਆ ਜਾਂ ਕਿਵੇਂ ਤੇਰਾ ਕੰਮ ਕਿਵੇਂ ਚੱਲਦਾ ਅਤੇ ਯਾਰ ਇਹ ਅੱਗੇ ਨਹੀਂ ਸੀ ਹੁੰਦਾ ਅੱਗੇ ਹਰ ਇੱਕ ਬੰਦਾ ਰੋਂਦਾ ਸੀ ਧਰਤੀ ਅੱਗੇ ਕਹਿੰਦੀ ਹੁੰਦੀ ਸੀ ਮੈਨੂੰ ਭਾਰ ਉਦਵਾਉਂਦਾ ਜਦੋਂ ਦੋ ਚਾਰ ਮਿੰਟ ਜਦੋਂ ਬੰਦੇ ਦਾ ਸੰਸਕਾਰ ਪਰ ਹੁਣ ਨਹੀਂ ਹੁਣ ਉਹ ਗੱਲ ਨਹੀਂ ਹੁਣ ਧਰਤੀ 'ਤੇ ਭਾਰ ਨਹੀਂ ਉਹ ਗੱਲ ਹੈ ਨਹੀਂ ਗੀ ਬਸ ਬੰਦਾ ਹਵਾ 'ਚ ਸੰਸਕਾਰ 'ਤੇ ਵੀ ਹਵਾ 'ਚ ਹੀ ਉੱਡਿਆ ਰਹਿੰਦਾ ਇੱਕ ਪੱਤਰਕਾਰੀ ਦੇ ਤੌਰ 'ਤੇ ਤੁਸੀਂ ਕੁਲਦੀਪ ਸਿੰਘਰੇ ਜਾਣਦਾ ਕਿਸ ਤਰ੍ਹਾਂ ਮੰਨਦੇ ਵੀ ਕਿੰਨਾ ਘਾਟਾ ਪਿਆ ਮਤਲਬ ਪੂਰੇ ਵਰਲਡ ਨੂੰ ਘਾਟਾ ਪਿਆ ਪੱਤਰਕਾਰੀ ਦੁਨੀਆਂ ਦੀ ਬਹੁਤ ਬਹੁਤ ਬਈ ਘਾਟਾ ਪਿਆ ਉਹ ਬੰਦੇ ਦੀਆਂ ਇੱਥੋਂ ਲੈ ਕੇ ਫੋਰਨ ਤੱਕ ਤਾਰਾਂ ਜੁੜੀਆਂ ਹੋਈਆਂ ਸੀ ਬਾਹਰਲੇ ਦੇਸ਼ਾਂ ਦੇ ਚੈਨਲ ਚਲਾਉਂਦਾ ਸੀ ਉਹ ਮੇਰੇ ਨਾਲ ਅਕਸਰ ਹੀ ਕੋਈ ਗੱਲਬਾਤ ਜਾਂ ਮਾਲਕਣਾ ਹੋਣੀ ਕਦੇ ਵੀ ਅਕਸਰ ਹੀ ਬਾਈ ਸਾਂਝੀ ਕਰਦਾ ਰਹਿੰਦਾ ਸੀ ਬਾਈ ਮਾਣ ਹੁਣ ਐਂ ਹੋ ਗਿਆ ਐਂ ਹੋ ਗਿਆ ਤੇਰਾ ਵਧੀਆ ਯਾਰ ਤੂੰ ਆਪਦਾ ਕਰੀ ਜਾਂਦਾ ਸਾਨੂੰ ਤਾਂ ਹੀ ਕਹਿੰਦੇ ਐਂ ਕਹਿੰਦੇ ਅਕਸਰ ਗੱਲ ਵੀ ਕਹਿਣ ਦਾ ਮਤਲਬ ਇਕੱਲੇ ਘੋਲੀਏ ਤੱਕ ਜਾਂ ਮੋਗੇ ਤੱਕ ਸੀਮਤ ਨਹੀਂ ਸੀ ਉਹ ਕਨੇਡਾ ਤੱਕ ਆਸਟ੍ਰੇਲੀਆ ਤੱਕ ਉਹ ਬੰਦੇ ਨੇ ਆਪਦਾ ਜਿਹੜਾ ਘੇਰਾ ਵਿਸਾਲ ਕੀਤਾ ਹੋਇਆ ਸੀ ਇੱਕ ਸੱਚਾ ਪੱਤਰਕਾਰ ਸੀ ਉਹ ਕੋਈ ਬਕਾਊ ਪੱਤਰਕਾਰ ਨਹੀਂ ਸੀ ਥੰਮ ਬੰਦਾ ਸੀ ਜੇ ਕੋਈ ਗੱਲ ਕਰਦਾ ਸੱਚੀ ਸੁੱਚੀ ਕਰਦਾ ਯਾਰਾਂ ਦਾ ਯਾਰ ਸੀ ਕਦੇ ਪੈਸੇ ਪਿੱਛੇ ਨਹੀਂ ਸੀ ਗਿਆ ਜੇ ਕਦੇ ਕੰਮ ਹੋਣਾ ਫੋਨ ਮਾਰ ਦੇਣਾ ਹਾਂ ਬਾਈ ਆ ਗਿਆ ਅਤੇ ਇੱਥੋਂ ਹੀ ਮੁੰਡਾ ਪਿੰਡੋਂ ਹੀ ਉਹਦੇ ਨਾਲ ਉਸ ਟਾਈਮ ਉਹ ਉਹਨਾਂ ਟਾਈਮਾਂ 'ਚ ਕੈਮਰਾਮੈਨ ਹੁੰਦਾ ਸੀ ਮੁੰਡਾ ਸਰਬਾ ਸ਼ਾਇਦ ਉਹਦਾ ਨਾਂ ਅਤੇ ਸਿਰਫ ਸਰਬਾ ਪਤਾ ਨਹੀਂ ਇੱਦਾਂ ਦਾ ਨਾਂ ਸੀ ਉਹ ਮੁੰਡਾ ਦੋਨਾਂ ਦੀ ਇਹਨਾਂ ਦੀ ਜੋੜੀ ਹੁੰਦੀ ਬਹੁਤ ਕੰਮ ਇਹਨਾਂ ਨੇ ਖਿੱਚਿਆ ਅਤੇ ਬਸ ਬਾਕੀ ਹੁਣ ਬਾਈ ਬਿਮਾਰੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਚੱਲਦੇ ਚੱਲਦੇ ਬੰਦੇ ਨੂੰ ਕੀ ਹੋ ਜੇ ਅਤੇ ਹੈ ਨਾ ਅਤੇ ਅੱਜ ਕੱਲ੍ਹ ਯਾਰ ਬਾਈ ਸੱਚੀ ਮਿੰਟ ਦੀ ਮਨਿਆਦ ਨਹੀਂ ਹੈਗੀ ਬੰਦੇ ਦੀ ਉਹਦੀ ਪਤਾ ਲੱਗਦਾ ਬਿਮਾਰੀਆਂ ਨਵੀਆਂ ਤੋਂ ਨਵੀਆਂ ਪੈਦਾ ਹੋ ਰਹੀਆਂ ਨੇ। ਬਹੁਤ ਬਹੁਤ ਧੰਨਵਾਦ ਬਾਈ ਜੀ ਮਾਨ ਸਾਹਿਬ ਸਾਡੇ ਨਾਲ ਗੱਲ ਕਰਨ ਲਈ। ਧੰਨਵਾਦ ਵੀਰ ਜੀ ਧੰਨਵਾਦ। ਤੋ ਇਹ ਸਨ ਸਾਡੇ ਨਾਲ ਮਾਨ ਬਠਿੰਡੇ ਵਾਲਾ
जो कि तुम सोशल मीडिया से आम देखते अज बई कुलदीप की अंतम अरदास उत्थे पहुंचे से उन्होंने बई कुलदीप जो गल्लां सांझियां कीतियां पत्रकारी दी दुनिया का वाकई एक थम जो चला गया कैमरामैन मनदीप कौर के नाल कीता बराड़ बारे वाला न्यूज़ पंजाब की मीडिया घोलिया खुरद।